ਕਹਿੰਦੇ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਤੇ ਦਿੱਲੀ ਦੀ ਲੀਡਰਸ਼ਿਪ ਨੇ ਮਿਲ ਕੇ ਹਰਾਇਆ ਪੰਜਾਬ ਵਿੱਚ ਕਾਂਗਰਸ ਇਸ ਮਾਹੌਲ 'ਚ ਵੀ 18 ਐਮਐਲਏ ਜ਼ਿਆਸੀ ਜਿੱਤ ਕੇ ਆਏ ਆ ਕਿ ਕਈ ਵਜ੍ਹਾ ਸੀ ਜਿਹਦੇ ਵਜ੍ਹਾ ਨਾਲ ਅਸੀਂ ਹਾਰਿਆ ਕਾਂਗਰਸ ਪਾਰਟੀ ਹੁਣ ਟੁੱਟਣ ਤੇ ਆ ਗਈ ਐ ਅਸਤੀਫਾ ਮੰਗਿਆ ਜਾ ਰਿਹਾ ਸੋਨੀਆ ਗਾਂਧੀ ਹੁਣਾਂ ਦਾ ਰਾਹੁਲ ਗਾਂਧੀ ਹੁਣਾਂ ਦਾ ਪ੍ਰਿੰਕਾ ਹੁਣਾਂ ਦਾ ਪਰ ਦੂਸਰੇ ਬੰਨੇ ਸਿੱਧੂ ਹੁਣਾਂ ਨੇ ਤਸਦੀਫਾ ਦੇ ਦਿੱਤਾ ਹੈ ਮਨਥਨ ਕਰਨ ਦੀ ਲੋੜ ਐ ਵੀ ਕੀ ਕਮੀਆਂ ਪੇਸ਼ੀਆਂ ਰਹਿ ਗਈ ਸਾਡੇ 'ਚ ਵੀ ਅਸੀਂ ਇਸ ਮੁਕਾਮ ਤੇ ਪਹੁੰਚ ਗਏ ਪਾਰਟੀ ਨੂੰ ਇੱਕ ਵਾਰ ਫੇਰ ਮਜ਼ਬੂਤ ਕਰਾਂਗੇ ਤੇ ਮੈਦਾਨ 'ਚ ਉਤਰਾਂਗੇ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਲਹਿਰ ਦੇ ਵਿੱਚ ਜਿਹੜੇ ਇੱਕ ਉਮੀਦਵਾਰ ਕਾਂਗਰਸ ਪਾਰਟੀ ਦੇ ਜਿੱਤੇ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਨੇ ਸੰਦੀਪ ਜਾਖੜ ਸਾਡੇ ਨਾਲ ਨੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਸੀ ਸੌ ਚੁੱਕੀ ਇਹਨਾਂ ਨੇ ਜਾਖੜ ਸਾਹਿਬ ਕੀ ਮਹਿਸੂਸ ਹੋ ਰਿਹਾ ਹੈ ਔਰ ਵੇ ਬਹੁਤ ਤਕੜੀ ਸੀ ਆਮ ਆਦਮੀ ਪਾਰਟੀ ਦੀ ਉਸ ਦੇ ਵਿੱਚ ਵੀ ਕੋਸ਼ਿਸ਼ ਇੱਕ ਲੋਕ ਆਪਣਾ ਕਿਲਾ ਬਚਾ ਪਾਏ ਨਹੀਂ ਵਧੀਆ ਮਹਿਸੂਸ ਹੋ ਰਿਹਾ ਪਰ ਉਹਦੇ ਨਾਲ ਨਾਲ ਸਾਨੂੰ ਵੀ ਅੱਜ ਮੰਥਨ ਕਰਨ ਦੀ ਲੋੜ ਹੈ ਵੀ ਕੀ ਕਮੀਆਂ ਪੇਸ਼ੀਆਂ ਰਹਿ ਗਈ ਸਾਡੇ ਚ ਵੀ ਅਸੀਂ ਇਸ ਮੁਕਾਮ ਤੇ ਪਹੁੰਚ ਗਏ ਐਂਡ ਵੀ ਆਰ ਡਾਊਨ ਬਟ ਵੀ ਆਰ ਨਾਟ ਆਊਟ ਹੁਣ ਮੰਥਨ ਕਰਾਂਗੇ ਵਿਚਾਰ ਕਰਾਂਗੇ ਐਂਡ ਪਾਰਟੀ ਨੂੰ ਇੱਕ ਵਾਰ ਫੇਰ ਮਜ਼ਬੂਤ ਕਰਾਂਗੇ ਤੇ ਮੈਦਾਨ 'ਚ ਉਤਰਾਂਗੇ ਇੱਕ ਦੂਸਰੇ ਤੇ ਇਲਜ਼ਾਮਬਾਜ਼ੀ ਸ਼ੁਰੂ ਹੋ ਗਈ ਹੈ ਕਹਿੰਦੇ ਕਿ ਕਾਂਗਰਸ ਪਾਰਟੀ ਹੁਣ ਟੁੱਟਣ ਤੇ ਆ ਗਈ ਹੈ ਅਸਤੀਫਾ ਮੰਗਿਆ ਜਾ ਰਿਹਾ ਸੋਨੀਆ ਗਾਂਧੀ ਹੁਣਾਂ ਦਾ ਰਾਹੁਲ ਗਾਂਧੀ ਹੁਣਾਂ ਦਾ ਪ੍ਰਿੰਕਾ ਹੁਣਾਂ ਦਾ ਔਰ ਦੂਸਰੇ ਬੰਨੇ ਸਿੱਧੂ ਹੁਣਾਂ ਨੇ ਤਾਂ ਅਸਤੀਫਾ ਦੇ ਹੀ ਦਿੱਤਾ ਕਹਿੰਦੇ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਤੇ ਦਿੱਲੀ ਦੀ ਲੀਡਰਸ਼ਿਪ ਨੇ ਮਿਲ ਕੇ ਹਰਾਇਆ ਪੰਜਾਬ ਚ ਕਾਂਗਰਸ ਨੂੰ ਨਹੀਂ ਦੇਖੋ ਮੇਰਾ ਮੰਨ ਹੈ ਇੱਕ ਕੋਈ ਸਿੰਗਲ ਵਜ੍ਹਾ ਨਹੀਂ ਬਹੁਤ ਮਤਲਬ ਕਈ ਵਜ੍ਹਾ ਸੀ ਜੀ ਦੇ ਵਜ੍ਹਾ ਨਾਲ ਅਸੀਂ ਹਾਰਿਆ ਤੇ ਸਾਰਿਆਂ ਨੂੰ ਮੈਨੂੰ ਵੀ ਅਸੀਂ ਸਾਰਿਆਂ ਨੂੰ ਅੰਦਰ ਜਾ ਕੇ ਵੇਖਣਾ ਪੈਣਾ ਵੀ ਕਿੱਥੇ ਕਮੀਆਂ ਰਹੇਗੀ ਐਂਡ ਮੈਨੂੰ ਪੂਰਾ ਹੌਂਸਲਾ ਹੈ ਕਿਉਂਕਿ ਅੱਜ ਵੀ ਇਸ ਮਾਹੌਲ 'ਚ ਵੀ 18 ਐਮਐਲਏ ਜਿਸੀਂ ਜਿੱਤ ਕੇ ਆਏ ਆ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਅੱਜ ਵੀ ਵਿਸ਼ਵਾਸ ਹੈ ਐਂਡ ਅਸੀਂ ਸੁਧਾਰ ਕਰਾਂਗੇ ਐਂਡ ਲਾਈਕ ਐਸ ਐਡ ਹੇਰ ਮੈਦਾਨ ਚ ਆਵਾਂਗੇ ਕਿਉਂਕਿ ਮੰਥਨ ਕਰਨ ਦੀ ਥਾਂ ਤੇ ਹੁਣ ਆਪਸ ਤੇ ਇੱਕ ਦੂਸਰੇ ਤੇ ਦੁਸ਼ਣਬਾਜ਼ੀ ਸ਼ੁਰੂ ਹੋ ਗਈ ਔਰ ਇਸ ਨੂੰ ਬੰਦ ਕਮਰੇ ਚ ਬੈਠ ਕੇ ਨਿਪਟਾਉਣਾ ਚਾਹੀਦਾ ਸੀ ਬਲਕਿ ਤਾਂ ਓਪਨਲੀ ਇੱਕ ਦੂਸਰੇ ਨੂੰ ਚੈਲੰਜ ਕਰਨ ਲੱਗੇ ਸਿੱਧੂ ਨੂੰ ਚੈਲੰਜ ਕੀਤੇ ਜਾ ਰਹੇ ਥੋੜੇ ਚਾਚਾ ਜੀ ਸੁਨੀਲ ਜਾਖੜ ਹੁਣਾਂ ਤੇ ਵੀ ਇਲਜ਼ਾਮ ਲਾ ਕੇ ਸੁਖਜਿੰਦਰ ਰੰਦਾਵਾ ਹੁਣਾਂ ਨੇ ਸਮੇਤ ਕਈਆਂ ਨੇ ਇਲਜ਼ਾਮ ਲਾਇਆ ਕਿ ਸੁਨੀਲ ਜਾਖੜ ਹੁਣਾਂ ਦੀ ਬਿਆਨਬਾਜ਼ੀ ਸੀ ਸਹੀ ਟਾਈਮ ਤੇ ਨਹੀਂ ਹੋਈ ਔਰ ਇਸ ਥੋੜਾ ਦਿਰ ਚੁੱਪ ਰਹਿ ਜਾਂਦੇ ਤਾਂ ਹੋ ਸਕਦਾ ਹੋਰ ਸੀਟਾਂ ਜਿੱਤ ਜਾਂਦੇ ਦੇਖੋ ਕੁਝ ਕਮੀਆਂ ਰਹਿ ਗਈ ਸਾਰਿਆਂ ਚ ਕਮੀਆਂ ਰ ਕਿਸ ਤਰ੍ਹਾਂ ਦੇਖਦੇ ਹੁਣ ਕਿਸ ਤਰੀਕੇ ਨਾਲ ਸਟਰੈਟਜੀ ਹੋਏਗੀ ਲੱਗਦਾ ਕਿ ਸਿੱਧੂ ਉਹਨਾਂ ਨੇ ਅਸਤੀਫਾ ਦਿੱਤਾ ਪ੍ਰਧਾਨ ਕੌਣ ਹੋਏਗਾ ਸਟਰੈਟਜੀ ਦਾ ਪਹਿਲੀ ਗੱਲ ਤਾਂ ਐਜ਼ ਅ ਵਿਪਖਸ਼ ਅਸੀਂ ਜਿਹੜੀ ਭੂਮਿਕਾ ਇੱਕ ਪੋਜ਼ਿਟਿਵ ਤੇ ਕੰਸਟਰਕਟਿਵ ਭੂਮਿਕਾ ਨਿਭਾਵਾਂਗੇ ਕਿਉਂਕਿ ਦੇਖੋ ਅਲਟੀਮੇਟਲੀ ਅਸੀਂ ਸਾਰੇ ਪੰਜਾਬੀ ਆ ਆਪਣਾ ਸੂਬਾ ਐਂਡ ਬਾਕੀ ਸਟਰੈਟਜੀ ਦੀ ਗੱਲ ਜਿਹੜੀ ਇੰਟਰਨਲ ਪਾਰਟੀ ਦੀ ਜਿਹੜੇ ਆਬਜ਼ਰਵਰ ਲਾਏ ਗਏ ਉਹਨਾਂ ਨਾਲ ਬੈਠਾਂਗੇ ਆਪਣਾ ਆਪਣਾ ਵਿਚਾਰ ਪਹਿਲੇ ਵੀ ਅਸੀਂ ਸੈਕਟਰੀ ਜਿਹੜੇ ਸਾਡੇ ਹੈ ਹਰੀਸ਼ ਹਰੀਸ਼ ਚੌਧਰੀ ਜੀ ਉਹਨਾਂ ਨੂੰ ਮੈਂ ਆਪਣੀ ਦੇਤੀ ਹੈ ਪਰਸਨਲ ਰਾਏ ਤੇ ਜਦੋਂ ਮਾਕਨ ਸਾਹਿਬ ਆਣਗੇ ਉਹਨਾਂ ਨੂੰ ਵੀ ਪਰਸਨਲ ਰਾਏ ਦੇਵਾਂਗੇ ਅਸੀਂ ਆਪਸੇ ਬੈਠਾਂਗੇ ਇਹ ਵਿਚਾਰ ਕਰਾਂਗੇ ਕਿਸੇ ਗੱਲ ਕੀਤੀ ਉਹ ਕਹਿੰਦੇ ਕਿ ਸਿੱਧੂ ਹੁਣੇ ਜ਼ਿੰਮੇਦਾਰ ਨੇ ਜੋ ਹਾਰ ਹੋਈ ਹੈ ਦੇਖੋ ਮਤਲਬ ਕੌਨ ਲਾਈਕ ਐਸ ਹੈਡ ਮੈਂ ਕਿਸੇ ਇੱਕ ਚੀਜ਼ ਨੂੰ ਫੈਕਟਰ ਨੂੰ ਨਹੀਂ ਮੰਨਦਾ ਕਈ ਫੈਕਟਰ ਸੀ ਐਂਡ ਸੁਧਾਰ ਕਰਨ ਦੀ ਜ਼ਰੂਰਤ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਸੋਚ ਕੇ ਚੱਲ ਰਹੀ ਸੀ ਵਿਧਾਨ ਸਭਾ ਪਹੁੰਚੇ ਔਰ ਹੁਣ ਕੀ ਚੱਲ ਰਿਹਾ ਜ਼ਹਿਨ ਦੇ ਵਿੱਚ ਕੀ ਕੁਝ ਕਿਹੜੇ ਕਿਹੜੇ ਕੰਮ ਲੱਗ ਰਹੇ ਹੈ ਪ੍ਰਾਇੋਰਟੀ ਤੇ ਕਰਨੇ ਨਹੀਂ ਦੇਖੋ ਪਹਿਲੀ ਸਭ ਤੋਂ ਪਹਿਲੇ ਦਾ ਅਬੋਰ ਦੇ ਲੋਕਾਂ ਦਾ ਤੈਦੇ ਨੂੰ ਧੰਨਵਾਦ ਵੀ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਇਸ ਮਾਹੌਲ ਦੇ ਵਿੱਚ ਵੀ ਮੇਰੇ ਤੇ ਵਿਸ਼ਵਾਸ ਜਤਾਇਆ ਐਂਡ ਮੈਂ ਜਿਹੜੀ ਗੱਲ ਇਸ ਜਿੱਤ ਤੋਂ ਕੱਢੀ ਹੈ ਵੀ ਦੇਖੋ ਨੀਅਤ ਦੇ ਵਿੱਚ ਸਾਡੀ ਨੀਅਤ ਦੇ ਵਿੱਚ ਖੋਟ ਨਹੀਂ ਸੀ ਦਿਲੋਂ ਕੰਮ ਕੀਤਾ ਲੋਕਾਂ ਦੇ ਵਿੱਚ ਰਹਿ ਕੇ ਕੰਮ ਕੀਤਾ ਉਸੇ ਤਰੀਕੇ ਨਾਲ ਲੋਕਾਂ ਦਾ ਪਿਆਰ ਆਸ਼ੀਰਵਾਦ ਮਿਲਦਾ ਰਹੂਗਾ ਐਂਡ ਅਬੋਰ ਦੇ ਜਿਹੜੇ ਮੁੱਦੇ ਹੈ ਐਂਡ ਉਹਨਾਂ ਨੂੰ ਰੱਖਾਂਗੇ ਐਂਡ ਉਮੀਦ ਹੈ ਜਿਵੇਂ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਜਿਹੜਾ ਫਤਵਾ ਹੈ ਲੋਕਾਂ ਦਾ ਮੰਡੇਟ ਹੈ ਚੇਂਜ ਦਾ ਉਮੀਦ ਹੈ ਵੀ ਇੱਕ ਨਵੀਂ ਰਾਜਨੀਤੀ ਲੈ ਕੇ ਆਣਗੇ थैंक यू ਸੋ ਸੰਦੀਪ ਜਾਖੜ ਸਾਡੇ ਨਾਲ ਸਨ ਕਹਿੰਦੇ ਕਿ ਮੰਥਨ ਕੀਤਾ ਜਾਏਗਾ ਔਰ ਜਿਹੜੀਆਂ ਕਮੀਆਂ ਸਾਡੀਆਂ ਰਹੀਆਂ ਉਹਨਾਂ ਨੂੰ ਵਿਚਾਰਿਆ ਜਾਏਗਾ ਕੈਮਰਾ ਪਰਸਨ ਅਸ਼ੋਕ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ